पंगे तिली दे तिली दे पंगे तिली दे तिली दे पंगे तिली दे। आज मैं बहुत ज्यादा खुश हैगा, इना ज्यादा खुश हैगा, इना ज्यादा खुश हैगा कि मैं तानू दस ही नहीं सकदा। मैंने दसना भी नहीं चाहता, पर तानू मेन गल दस देना भी किहड़ी गलों खुश हां। आज मेरे उस्ताद, मेरे पालनहार जिन्होंने मेरी जिंदगी बनाई, उस्ताद जी ने आज आना है बाहरों शो करके। उस्ताद जी कैनेडा शो करन गए सीगे, मैनू इन्नी ज्यादा खुशी इस करके हैगी आ। उस्ताद जी कैनेडा अपना शो ते करन गए हैगे, नाल दी नाल उन्होंने मेरी सैटिंग भी करके आनी। अगली वारी अगले शो ते मैं उस्ताद जी नाल स्टेज ते आना, कट्ठे आपां शो करदे होणे, कट्ठे परफॉर्म करदे होणे, देखो किन्ना मजा आऊंगा। अज नाले तुहानू ही मिलाऊंगा ते नाले उस्ताद जी दे दर्शन करवाऊंगा। आ लै दोस्तों उस्ताद जी नूं। हेलो माय उस्ताद जी, और बेटा सुना की हाल है? उस्ताद जी तुहाडे आशीर्वाद दा इन्नी वधिया तुसीं जिंदगी बनाती, अलग अलग टीवी प्रोग्राम कर रहे हैं, अलग अलग एक फिल्म भी आ रही उस्ताद जी, गाने भी कर रहे हैं उस्ताद जी, मैं तुहाडा आशीर्वाद हैगा, नहीं तो मैनू कितने मोबाइल दे कोई फोटो नहीं सी खिच्चदा। ओह गॉड ब्लेस यू, गॉड ब्लेस यू बेटा। होर सुना कि ठीक चल रहा है? तुहाडे करके जिंदगी मेरी इन्नी वधिया चल रही। सब तो पहला उस्ताद जी तुसीं इन्ने टाइम बाद आए हो, मैनू बड़ा वेट सीगा तुहाडा। उस्ताद जी दसो खाना की है तुसीं? ₹250,000 तारीफ करते, चार लोग रोक के फोटो खिंचाते, रोक दे ਮੈਨੂੰ ਰੋਕ ਲੈਂਦੇ। ਉਸਤਾਦ ਜੀ ਤੁਹਾਨੂੰ ਕਿਹਨੇ ਪੁੱਛਣਾ ਦੱਸੋ, ਆਪ ਮੈਂ ਸੈਟਿੰਗ ਕਰ ਲਈ, ਕਿਤੇ ਰੱਬ ਦੀ ਮਿਹਰ ਹੋ ਗਈ, ਵਧੀਆ ਐਕਟਿੰਗ ਕਰਦਾ ਹੁੰਦਾ ਸੀਗਾ, ਬੁਲਾ ਲਿਆ ਮੈਨੂੰ। ਇਧਰ ਉਧਰ ਸੈਟਿੰਗ ਹੋਈ ਫਿਰਦੀ, ਤੁਹਾਡੇ ਨਾਲ ਲੱਗ ਕੇ ਸਗੋਂ ਮੇਰਾ ਖਰਾਬ ਹੋ ਗਿਆ ਸਾਰਾ, ਟਾਈਮ ਖਰਾਬ ਕੀਤਾ ਮੇਰਾ, ਇਧਰ ਉਧਰ ਐਵੇਂ ਕਮਾਈ ਗਏ ਤੁਸੀਂ ਮੈਨੂੰ। ਉਸਤਾਦ ਜੀ ਕਾਹਦੀਆਂ ਤੁਸੀਂ ਜ਼ਿੰਦਗੀ ਮੇਰੀ ਸੈੱਟ ਕੀਤੀ? ਇਹ ਅੰਦਰੋਂ ਤੂਤੇ ਲਾਉ ਉਹ ਤੂੰ। ਮੈਂ ਦੱਸਣਾ ਚਾਹੁੰਦਾ ਉਸਤਾਦ ਜੀ, ਤੁਹਾਡੇ ਕਰਕੇ ਨਾ ਦੇਖੋ ਮੈਂ ਤੁਹਾਨੂੰ ਮਤਲਬ ਕਿ ਖੁਸ਼ ਨਸੀਬ ਹੈਗਾ। ਦੇਖੋ ਏਦਾਂ ਦਾ ਉਸਤਾਦ ਹਰ ਕਿਸੇ ਨੂੰ ਨਹੀਂ ਮਿਲਦਾ। ਨਾ ਨਾ ਮੈਨੂੰ ਤੁਸੀਂ ਮਿਲੇ ਮੇਰੀ, ਦੇਖੋ ਬੰਬੇ ਬੰਬੇ ਲੋਕੀ ਜਾਣ ਨੂੰ ਤਰਸਦੇ, ਮੇਰੀ ਸੈਟਿੰਗ ਹੋ ਗਈ ਤੁਹਾਡੇ ਕਰਕੇ ਉਸਤਾਦ ਜੀ। ਕੀ ਬਾਤ, ਤੁਸੀਂ ਕਿਤੇ ਤੁਹਾਨੂੰ ਮੈਂ ਮਿਲਿਆ, ਤੁਹਾਡੇ ਨਾਲ ਚਾਰ ਸ਼ੋਅ ਕੀਤੇ, ਬੰਬੇ ਵਾਲਿਆਂ ਨੇ ਬੁਲਾ ਲਿਆ, ਤੁਹਾਡੇ ਕਰਕੇ ਜੋ ਵੀ ਹੈਗਾ, ਦੇਖੋ ਤੁਹਾਡਾ ਆਸ਼ੀਰਵਾਦ ਹੈਗਾ, ਨਹੀਂ ਤੇ ਮੈਨੂੰ ਕਿੱਥੇ ਬੰਬੇ ਵਾਲਿਆਂ ਨੇ ਪੁੱਛਣਾ ਸੀ। ਚਲੋ ਦੱਸੋ ਤੁਸੀਂ ਆਪ ਨੇ ਕਿਹੜਾ ਲਾਇਆ ਮੈਨੂੰ ਕਿਤੇ, ਮੈਂ ਉੱਥੇ ਬੰਬੇ ਪਹੁੰਚ ਗਿਆ, ਮੈਨੂੰ ਫੋਨ ਕਰਕੇ ਮੈਨੂੰ ਕਹੀ ਜਾਂਦੇ ਸੀਗੇ ਕਿ ਮੇਰਾ ਵੀ ਕਿਹੜਾ ਲਵਾ ਪੁੱਤਰ, ਮੇਰਾ ਵੀ ਕਿਹੜਾ ਲਵਾ। ਉਸਤਾਦ ਜੀ ਉਹ ਮੈਂ ਕਿਤੇ ਉਹਨਾਂ ਨੂੰ ਐਕਟਿੰਗ ਵਧੀਆ ਲੱਗੀ, ਮੇਰੀ ਕੰਮ ਪਸੰਦ ਆ ਗਿਆ, ਵਧੀਆ ਲੱਗਾ, ਕਰੈਕਟਰ ਕਰ ਲਿਆ ਮੈਂ, ਤਾਂ ਕਰਕੇ ਬੁਲਾ ਲਿਆ। ਤੁਹਾਨੂੰ ਤੇ ਆਪ ਨਹੀਂ ਬੁਲਾਇਆ ਉਹਨਾਂ ਨੇ, ਤੁਹਾਡੇ ਕਰਕੇ ਇੱਥੇ ਬੰਬੇ। ਉਸਤਾਦ ਜੀ ਦੇਖੋ ਤੁਹਾਡੇ ਕਰਕੇ ਮੇਰੀ ਜ਼ਿੰਦਗੀ ਇੰਨੀ ਵਧੀਆ ਸਮਰੀ ਹੋਈ ਹੈ ਉਸਤਾਦ ਜੀ। ਲੋਕੀ ਦਰਸਦੇ ਉਸਤਾਦ ਜੀ ਟੀਵੀ ਤੱਕ ਨਹੀਂ ਆਉਂਦੇ, ਟੀਵੀ ਤੇ ਆਉਣ ਤੋਂ ਬਾਅਦ ਅਵਾਰਡ, ਅਵਾਰਡ ਵੀ ਉਸਤਾਦ ਜੀ ਮੇਰੇ ਕਰਕੇ। ਤੁਹਾਡਾ ਆਸ਼ੀਰਵਾਦ, ਦੇਖੋ ਜੇ ਤੁਸੀਂ ਨਾ ਮਿਲਦੇ ਮੈਨੂੰ ਕਿੰਨੇ ਵਾਰ ਦੇਣਾ ਸੀਗਾ, ਇੱਧਰ ਉੱਧਰ ਕਿਤੇ ਵਾਰ ਦੇਣਾ ਸੀਗਾ, ਪਰ ਤੁਹਾਡੇ ਪੱਲੇ ਮੈਂ ਲੱਗ ਗਿਆ। ਹਾਏ 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 ਉਸਤਾਦ ਜੀ, ਮੇਰੇ ਤੇ ਤੁਸੀਂ ਜ਼ਿੰਦਗੀ ਬਣਾ ਦਿੱਤੀ। ਹੋਰ ਭਾਵੇਂ ਇੱਦਾਂ ਦੇ ਅਵਾਰਡ, ਅਵਾਰਡ ਤੁਹਾਡੇ ਕਰਕੇ, ਕਾਹਦਾ ਅਵਾਰਡ, ਤੁਸੀਂ ਤੇ ਮੈਨੂੰ ਵਾਰਡ ਦਿੱਤਾ, ਐਸਾ ਅਵਾਰਡ, ਐਸਾ ਅਵਾਰਡ ਹੈ ਕਿਸੇ ਪੱਲੇ ਮਤਲਬ ਕਿਸੇ ਕੁਛ ਨਹੀਂ ਬਣਨਾ ਸੀਗਾ ਮੇਰਾ। ਉਹ ਤੇ ਮੈਂ ਥੋੜਾ ਬਹੁਤ ਇੱਧਰ ਉੱਧਰ ਨਿਕਲਿਆ, ਸ਼ੁਕਰ ਕਰੋ ਲਿੰਕ ਬਣੇ, ਮੇਰੇ ਅਵਾਰਡ ਦਿੱਤਾ ਉਹਨਾਂ ਨੇ ਬੁਲਾ ਕੇ। ਤੁਹਾਨੂੰ ਉਸਤਾਦ ਜੀ ਇਹ ਤੱਕ ਅਵਾਰਡ ਮਿਲਿਆ? ਨਹੀਂ ਮਿਲਿਆ, ਨਹੀਂ ਮਿਲਿਆ, ਤੁਹਾਨੂੰ ਤੁਸੀਂ ਮੈਨੂੰ ਕਿੱਥੇ ਦਵਾ ਦੇਣਾ? ਉਹ ਤੇ ਮੈਂ ਉਦਾਂ ਕਹੀ ਜਾਂਦਾ, ਤੁਸੀਂ ਖੁਸ਼ ਹੋ ਜਾਂਦੇ, ਜੇਕਰ ਲੁੱਡੀਆਂ ਪਾਈ ਹੋ ਆਪਣੇ ਲੋਕ ਖੁਸ਼ ਹੋ ਜਾਓ, ਪਰ ਜਿਹੜੀ ਜ਼ਿੰਦਗੀ ਹੈਗੀ ਮੈਂ ਆਪ ਹੀ ਮਤਲਬ ਕਿ। ਉਸਤਾਦ ਜੀ ਦੇਖੋ ਮਤਲਬ ਬਸ ਬਹੁਤ ਹੋ ਗਿਆ ਬੇਟਾ, ਬਹੁਤ ਹੋ ਗਿਆ ਹੈ। ਤੇ ਦੋਸਤੋ ਇਹ ਹੈ ਸੱਚ ਦੀ ਐਨਕ, ਤੁਹਾਡਾ ਵੀ ਕੋਈ ਦੋਸਤ ਯਾਰ ਮਿੱਤਰ, ਤੁਹਾਡਾ ਚਾਹਣ ਵਾਲਾ, ਤੁਹਾਡਾ ਕੋਈ ਸ਼ਾਗਿਰਦ ਤੁਹਾਨੂੰ ਕਵੇ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ, ਤੇ ਸੱਚ ਦੀ ਐਨਕਾਂ ਲਗਾਓ ਤੇ ਉਹਦੀ ਸੱਚਾਈ ਪਤਾ ਕਰੋ, ਜਿੱਦਾਂ ਮੈਂ ਇਹਦੀ ਪਤਾ ਕੀਤੀ ਹੈ। ਦੇਖੋ ਮੈਂ ਇਹਨੂੰ ਕਿੰਨਾ ਪਿਆਰ ਕਰਦਾ, ਮੇਰੇ ਦਿਲ ਦਾ ਟੁਕੜਾ, ਮੇਰਾ ਛੋਟਾ ਬੱਚਾ, ਮੈਨੂੰ ਆਪਣੇ ਪੁੱਤਾਂ ਵਾਂਗੂ ਪਾਲਿਆ, ਤੇ ਅੱਜ ਮੇਰੀ ਇਹ ਇੱਜ਼ਤ ਕਰਨ ਡਿਆ। ਕੀ ਦੱਸਾਂ ਵੈਸੇ ਤੁਹਾਨੂੰ, ਹੈਗਾ ਇਹ ਕੁੱਤੇ ਦਾ ਪੋਤੇ ਹੀ।
पंगे तिली दे, तिली दे पंगे तिली दे, तिली दे पंगे।